ਬਹੁਤ ਚਿਰ ਤੋਂ ਗਾਈ ਨੂੰ ਕੈਮਿਸਟਰੀ ਦੀ ਪ੍ਰੋਬਲਮ ਸੀ ਤੇ ਮੈਂ ਡਾਕਟਰ ਸਾਹਿਬ ਤੋਂ ਸਰਜਰੀ ਕਰਵਾਈ। ਬਹੁਤ ਵਧੀਆ ਡਾਕਟਰ ਸਾਹਿਬ ਨੇ ਕੀਤਾ ਸਰਜਰੀ ਨਾਲ ਮੇਰਾ ਆਪਰੇਸ਼ਨ ਬਹੁਤ ਸਹੀ ਹੋ ਗਿਆ। ਮੈਂ ਪਹਿਲਾਂ ਮੈਨੂੰ ਗਾਈ ਨੂੰ ਕੈਮਿਸਟਰੀ ਦੀ ਪ੍ਰੋਬਲਮ ਸੀ, ਹੁਣ ਬਿਲਕੁਲ ਸਹੀ ਹੈ ਮੈਂ। ਬਿਲੋਂਗ ਕਰਦਾ, ਮੈਨੂੰ ਬਹੁਤ ਚਿਰ ਤੋਂ ਗਾਈ ਨੂੰ ਕੈਮਿਸਟਰੀ ਦੀ ਪ੍ਰੋਬਲਮ ਸੀ ਤੇ ਮੈਂ ਸਰ ਤੇ ਯੂਟਿਊਬ ਤੇ ਵੀਡੀਓ ਦੇਖੀ, ਸਰ ਦਾ ਆਇਆ ਹੋਸਪਿਟਲ ਜਿੱਦਾਂ, ਫਿਰ ਮੈਂ ਡਾਕਟਰ ਸਾਹਿਬ ਨੂੰ ਮਿਲਿਆ ਆਣ ਕੇ। ਡਾਕਟਰ ਸਾਹਿਬ ਨੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਕਿ ਸਰਜਰੀ ਹੋਣੀ ਆ ਤੁਹਾਡੀ, ਫਿਰ ਮੈਂ ਡਾਕਟਰ ਸਾਹਿਬ ਤੋਂ ਸਰਜਰੀ ਕਰਵਾਈ। ਦੂਸਰੇ ਦਿਨ ਮੈਨੂੰ ਡਿਸਚਾਰਜ ਕਰਤਾ ਡਾਕਟਰ ਸਾਹਿਬ ਨੇ, ਬਹੁਤ ਵਧੀਆ ਡਾਕਟਰ ਸਾਹਿਬ ਨੇ ਕੀਤਾ ਸਰਜਰੀ ਨਾਲ ਮੇਰਾ ਆਪਰੇਸ਼ਨ। ਸਾਰਾ ਸਟਾਫ ਵੀ ਡਾਕਟਰ ਸਾਹਿਬ ਦਾ ਬਹੁਤ ਵਧੀਆ, ਇਸ ਡਾਕਟਰ ਸਾਹਿਬ ਦਾ ਸੁਭਾਅ ਵੀ ਬਹੁਤ ਵਧੀਆ ਹੈ, ਬਹੁਤ ਸਹੀ ਹੋ ਗਿਆ। ਮੈਂ ਪਹਿਲਾਂ ਮੈਨੂੰ ਕੋਈ ਨੂੰ ਕੈਮਿਸਟਰੀਆਂ ਦੀ ਪ੍ਰੋਬਲਮ ਸੀ, ਹੁਣ ਬਿਲਕੁਲ ਸਹੀ ਹੈ ਮੈਂ। ਕਿਸੇ ਨੂੰ ਵੀ ਅਗਰ ਪ੍ਰੋਬਲਮ ਆ, ਇੱਕ ਵਾਰ ਯੂਟਿਊਬ ਤੇ ਡਾਕਟਰ ਸਾਹਿਬ ਦਾ ਸਟਾਰ ਹੋਸਪਿਟਲ ਦੇਖਿਓ, ਸਰਚ ਕਰਕੇ ਉਸ ਤੋਂ ਬਾਅਦ ਡਾਕਟਰ ਸਾਹਿਬ ਨੂੰ ਮਿਲਿਓ ਆਣ ਕੇ, ਡਾਕਟਰ ਸਾਹਿਬ ਨਾਲ ਗੱਲ ਕਰਿਓ। ਬਹੁਤ ਵਧੀਆ ਮੇਰਾ ਆਪਰੇਸ਼ਨ ਹੋਇਆ, ਜਦੋਂ ਬਹੁਤ ਵਧੀਆ ਡਾਕਟਰ ਸਾਹਿਬ ਨੇ ਲੇਜ਼ਰ ਨਾਲ ਆਪਰੇਸ਼ਨ ਕੀਤਾ, ਮੇਰਾ ਨਾਮ ਬਿਲਕੁਲ ਪੇਨ ਦਾ ਪਤਾ ਲੱਗਾ ਮੈਨੂੰ। ਆਪਰੇਸ਼ਨ ਕਰਕੇ ਦੂਸਰੇ ਦਿਨ ਮੈਨੂੰ ਘਰੇ ਘੱਲਤਾ, ਇਹਦਾ ਬਿਲਕੁਲ ਦਰਦ ਦਾ ਨਹੀਂ ਪਤਾ ਲੱਗਾ। ਹਾਂਜੀ।